ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਜੀਤ ਵੈਬ ਟੀਵੀ ਦੇ ਦਰਸ਼ਕਾਂ ਦਾ ਜਾਇਕਾ ਪ੍ਰੋਗਰਾਮ ਵਿੱਚ ਸਵਾਗਤ ਹੈ ਤੇ ਲੋ ਜੀ ਅੱਜ ਕਪਾਂ ਬਿਲਕੁਲ ਹੀ ਅਲੱਗ ਜੀ ਹਟ ਕੇ ਰੈਸਪੀ ਲੈ ਕੇ ਆਏ ਆ ਜਿਹੜੀ ਕਿ ਚਟਪਟਾ ਸੈਂਡਵਿਚ ਹੈ ਤੁਸੀਂ ਸੈਂਡਵਿਚ ਤਾਂ ਬਹੁਤ ਤਰ੍ਹਾਂ ਦੇ ਖਾਏ ਹੋਣਗੇ ਬਟ ਇਹ ਬਿਲਕੁਲ ਹੀ ਡਿਫਰੈਂਟ ਹੈ ਇਸ ਦੇ ਵਿੱਚ ਹਰ ਤਰ੍ਹਾਂ ਦਾ ਟੇਸਟ ਆਏਗਾ ਖੱਟਾ ਮਿੱਠਾ ਲੋ ਜੀ ਹੁਣ ਅਸੀਂ ਚਟਪਟਾ ਸੈਂਡਵਿਚ ਬਣਾਉਣ ਜਾ ਰਹੇ ਆ ਸਾਰੇ ਜਣੇ ਇਸ ਦੀ ਵਿਧੀ ਨੋਟ ਕਰੋ ਤੇ ਦੇਖੋ ਕਿਸ ਤਰ੍ਹਾਂ ਇਹ ਬਣੇਗਾ ਹਾਂਜੀ ਇਹ ਬ੍ਰੈਡ ਲੋਫ ਹੈ ਅਕਸਰ ਜਿਹੜੀ ਬ੍ਰੈਡ ਹੈ ਸਾਨੂੰ ਸਲਾਈਸ ਦੇ ਵਿੱਚ ਮਿਲਦੀ ਹੈ ਲੇਕਿਨ ਇਹ ਸਪੈਸ਼ਲ ਬ੍ਰੈਡ ਅਸੀਂ ਲੈ ਕੇ ਆਏ ਹਾਂ ਮਾਰਕੀਟ ਦੇ ਵਿੱਚੋਂ ਇਸ ਦੇ ਜਿਹੜੀ ਦੇਖੋ ਕੱਟ ਹੈ ਇਸ ਟਾਈਪ ਦੇ ਲੱਗੇ ਹੋਏ ਨੇ ਇਸ ਤਰ੍ਹਾਂ ਦੀ ਲੇਅਰਸ 'ਚ ਬ੍ਰੈਡ ਲੈ ਕੇ ਆਉਣੀ ਹੈ ਤੁਸੀਂ ਮਾਰਕੀਟ 'ਚੋਂ ਅਤੇ ਇਸ ਦੇ ਲਈ ਕੋਈ ਵੀ ਖਾਸ ਸਮੱਗਰੀ ਖਰੀਦਣ ਦੀ ਜ਼ਰੂਰਤ ਨਹੀਂ ਹੈ ਜੋ ਵੀ ਤੁਹਾਡੇ ਘਰ ਦੇ ਵਿੱਚ ਪਈ ਹੋਈ ਹੈ ਉਹੀ ਅਸੀਂ ਯੂਜ਼ ਕਰਾਂਗੇ ਜਿਸ ਤਰ੍ਹਾਂ ਕਿ ਜੈਮ ਅਚਾਰ ਚਟਨੀ ਹਰੀ ਚਟਨੀ ਲਾਲ ਚਟਨੀ ਕੋਈ ਵੀ ਮਿਊਨਿਸ ਸੌਸ ਪਈ ਹੋਵੇ ਕੋਈ ਵੀ ਸਪਰੈਡ ਪਿਆ ਹੋਵੇ ਉਹੀ ਅਸੀਂ ਇਸ ਦੇ ਵਿੱਚ ਯੂਜ਼ ਕਰਾਂਗੇ ਹਾਂਜੀ ਅਸੀਂ ਇੱਥੇ ਬਰਾਊਨ ਬ੍ਰੈਡ ਦਾ ਇਸਤੇਮਾਲ ਕੀਤਾ ਹੈ ਉਸਦੇ ਦੇਖੋ ਇਸ ਤਰ੍ਹਾਂ ਅਸੀਂ ਕੱਟ ਲਗਾਏ ਨੇ ਇਸ ਦੇ ਵਿੱਚ ਅਸੀਂ ਜਿਹੜੀ ਹੈ ਫਿਲਿੰਗ ਕਰਾਂਗੇ ਅਤੇ ਲਓ ਜੀ ਹੁਣ ਅਸੀਂ ਇਹਦੀ ਫਿਲਿੰਗ ਕਰਨ ਜਾ ਰਹੇ ਹਾਂ ਸਾਡੇ ਕੋਲ ਰੈੱਡ ਸੌਸ ਉਸਦੇ ਬਾਅਦ ਮੈਂਗੋ ਜਿਹੜਾ ਕ੍ਰਸ਼ ਹੈ ਸੈਂਡਵਿਚ ਸਪਰੈੱਡ ਹੈ ਗ੍ਰੀਨ ਚਟਨੀ ਹੈ ਅਤੇ ਕੋਈ ਵੀ ਤੁਹਾਡੇ ਕੋਲ ਅਗਰ ਅਚਾਰ ਕੁਛ ਵੀ ਪਿਆ ਹੋਵੇ ਕੋਈ ਵੀ ਤੁਹਾਡੇ ਕੋਲ ਚਟਨੀ ਅਚਾਰ ਹੋਵੇ ਉਸਦੀ ਤੁਸੀਂ ਫਿਲਿੰਗ ਇਹਦੇ ਵਿੱਚ ਕਰੋਗੇ ਅਤੇ ਲਓ ਜੀ ਹੁਣ ਅਸੀਂ ਕਰਨ ਜਾ ਰਹੇ ਹਾਂ ਚੈੱਕ ਕਰੋ ਟਮੈਟੋ ਸੌਸ ਲਗਾਵਾਂਗੇ ਅਸੀਂ ਇੱਕ ਸਲਾਈਸ ਦੇ ਉੱਤੇ ਇਸਨੂੰ ਕਰ ਦਿੱਤਾ ਬੰਦ ਨੈਕਸਟ ਅਸੀਂ ਪਾਰਟ ਖੋਲਾਂਗੇ ਨੈਕਸਟ ਦੇ ਉੱਤੇ ਅਸੀਂ ਮੈਂਗੋ ਕ੍ਰਸ਼ ਲਗਾ ਰਹੇ ਹਾਂ ਤੁਹਾਡੇ ਕੋਲ ਅਗਰ ਜੈਮ ਪਿਆ ਤੁਸੀਂ ਜੈਮ ਵੀ ਯੂਜ਼ ਕਰ ਸਕਦੇ ਹੋ ਚਟਪਟਾ ਸੈਂਡਵਿਚ ਮਿੰਟਾਂ ਦੀ ਰੈਸਪੀ ਹੈ ਚਟਪਟ ਤਿਆਰ ਹੋ ਜਾਏਗੀ ਬੜੇ ਤੋਂ ਲੈ ਕੇ ਬੱਚੇ ਤੱਕ ਇਸਨੂੰ ਪਸੰਦ ਕਰਦੇ ਨੇ ਨੈਕਸਟ ਸੈਂਡਵਿਚ ਸਪਰੈੱਡ ਯੂਜ਼ ਕਰਾਂਗੇ ਅਸੀਂ ਕਰਨਾ ਕੁਛ ਨਹੀਂ ਹੈ ਸਿਰਫ ਲੇਅਰਸ ਹੀ ਦੇਣੀ ਹੈ ਤੁਸੀਂ ਲੇਅਰ ਦੇ ਵਿੱਚ ਜੋ ਵੀ ਤੁਹਾਡੇ ਕੋਲ ਜੋ ਵੀ ਚੀਜ਼ ਪਈ ਹੈ ਉਹੀ ਤੁਸੀਂ ਇਹਦੇ ਵਿੱਚ ਐਡ ਕਰੀ ਜਾਣਾ ਉਸਦੇ ਬਾਅਦ ਗ੍ਰੀਨ ਸੌਸ ਹੈ ਜਿਹੜੀ ਅਸੀਂ ਗ੍ਰੀਨ ਚਟਨੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਪਈ ਹੋਵੇ ਉਹ ਤੁਸੀਂ ਇਹਦੇ ਵਿੱਚ ਲਗਾਓ ਅਗਰ ਤੁਸੀਂ ਇਸਨੂੰ ਹੋਰ ਜ਼ਿਆਦਾ ਹੈਲਦੀ ਕਰਨਾ ਹੈ ਤਾਂ ਤੁਸੀਂ ਕੋਈ ਵੀ ਇਹਦੇ 'ਚ ਮੈਕਰੋਨੀ ਪਾਸਤਾ ਕੁਛ ਵੀ ਤੁਸੀਂ ਇਹਦੇ 'ਚ ਐਡ ਕਰ ਸਕਦੇ ਹੋ ਈਵਨ ਕਿ ਜੋ ਵੀ ਤੁਹਾਡੇ ਘਰ ਸਬਜ਼ੀ ਬਚ ਗਈ ਹੈ ਤੁਸੀਂ ਉਹ ਵੀ ਐਡ ਕਰ ਸਕਦੇ ਹੋ ਜਸਟ ਅਸੀਂ ਇੱਕ ਸਿਰਕੇ ਵਾਲੇ ਮਿਕਸ ਜਿਹੜੇ ਹੈਗੇ ਮਿਊਨਿਸ ਦੇ ਵਿੱਚ ਓਨੀਅਨ ਹੈ ਅਤੇ ਪੱਤਾ ਗੋਭੀ ਹੈ ਉਹ ਅਸੀਂ ਐਡ ਕਰ ਰਹੇ ਹਾਂ ਨੈਕਸਟ ਲੇਅਰ ਅਤੇ ਲਓ ਜੀ ਹੁਣ ਅਸੀਂ ਇਸਨੂੰ ਕਰ ਦਿੱਤਾ ਬੰਦ ਇਹ ਸਾਡੀ ਹੋ ਗਈ ਹੈ ਰੈਡੀ ਹੁਣ ਅਸੀਂ ਇਸਨੂੰ ਪ੍ਰੀਜੈਂਟ ਕਰਾਂਗੇ ਕਰੀਮ ਦੇ ਨਾਲ ਅਤੇ ਉਸਦੇ ਉੱਤੇ ਅਸੀਂ ਪ੍ਰੈਜੈਂਟੇਸ਼ਨ ਦਾਂਗੇ ਅਸੀਂ ਡੈਕੋਰੇਟ ਕਰਨ ਜਾ ਰਹੇ ਹਾਂ ਆਪਣਾ ਚਟਪਟਾ ਸੈਂਡਵਿਚ ਜਿਹੜਾ ਆਮ ਨੋਰਮਲ ਜਿਹੜੀ ਮਾਰਕੀਟ 'ਚੋਂ ਕਰੀਮ ਮਿਲਦੀ ਹੈ ਉਹੀ ਕਰੀਮ ਹੈ ਤੁਸੀਂ ਇਸਨੂੰ ਲਗਾ ਕੇ ਸਜਾ ਸਕਦੇ ਹੋ ਅਗਰ ਨਹੀਂ ਵੀ ਸਜਾਉਣਾ ਚਾਹੁੰਦੇ ਐਜ਼ ਇਟ ਇਜ਼ ਐਜ਼ ਵੀ ਤੁਸੀਂ ਇਸਨੂੰ ਖਾ ਸਕਦੇ ਹੋ ਚਟਪਟਾ ਸੈਂਡਵਿਚ ਬਣ ਕੇ ਤਿਆਰ ਹੋ ਚੁੱਕਿਆ ਹੈ ਉਮੀਦ ਹੈ ਤੁਸੀਂ ਇਸਦੇ ਮਜ਼ੇ ਕੌਫੀ ਦੇ ਨਾਲ ਜ਼ਰੂਰ ਲਓਗੇ ਅਤੇ ਸਰ ਮਨਮੀਤ ਕੌਰ ਸੱਗੂ ਨੂੰ ਦਿਓ ਇਜਾਜ਼ਤ ਅਗਲੇ ਐਪੀਸੋਡ ਦੇ ਵਿੱਚ ਫਿਰ ਮਿਲਾਂਗੇ ਧੰਨਵਾਦ ਤੁਹਾਡਾ